ਦੋਸਤੋ ਇੰਡੀਆ ਵਰਲਡ ਕੱਪ ਹਾਰ ਚੁੱਕਿਆ ਕਰੋਨਾ ਇੰਡੀਅਨਸ ਦੇ ਭਾਰਤੀਆਂ ਦੇ ਜਿਹੜੇ ਸੁਪਨੇ ਚੱਕਣਾ ਚੂਰ ਹੋਏ ਬਟ ਦੂਜੇ ਪਾਸੇ ਕੈਨੇਡਾ ਉਹਨਾਂ ਸਾਰੇ ਭਾਰਤੀਆਂ ਨੂੰ ਖੁਸ਼ ਕਰ ਰਿਹਾ ਜਿਹੜੇ ਫਾਈਲ ਅਪਲਾਈ ਕਰ ਰਹੇ ਆ ਕਦੀ ਸੁਣਿਆ ਕਿਸੇ ਸਟੂਡੈਂਟ ਦਾ 10 ਰਿਫਿਊਜ਼ਲ ਤੋਂ ਬਾਅਦ ਵੀਜ਼ਾ ਲੱਗਾ ਹੋਵੇ ਜੇ ਨਹੀਂ ਸੁਣਿਆ ਤਾਂ ਅਗਲੀ ਆ 5-7 ਮਿੰਟ ਦੀ ਵੀਡੀਓ ਧਿਆਨ ਨਾਲ ਦੇਖ ਲਓ ਬਹੁਤ ਜ਼ਿਆਦਾ ਮੋਟੀਵੇਸ਼ਨ ਬਹੁਤ ਜ਼ਿਆਦਾ ਤੁਹਾਡੀ ਨਵੀਆਂ ਅਪਡੇਟਸ ਲੈ ਕੇ ਆਇਆ ਸਪੈਸ਼ਲੀ ਉਹ ਬੜੇ ਸਟੂਡੈਂਟ ਜਿਹੜੇ ਕੈਨੇਡਾ ਸਟੱਡੀ ਵੀਜ਼ਾ ਅਪਲਾਈ ਕਰਨਾ ਚਾਹ ਰਹੇ ਨੇ ਦੂ 4 5 10 ਰਿਫਿਊਜ਼ਲ ਲੈ ਚੁੱਕੇ ਜਾਂ ਫਿਰ ਪੜ੍ਹਾਈ ਚ 2 4 ਸਾਲ 5 10 ਸਾਲ ਦਾ ਗੈਪ ਹੈ ਜਾਂ ਫਿਰ ਇੱਕ ਦੋ ਜਾਂ ਤਿੰਨ ਮੋਡਿਊਲ ਸਾਡੇ ਪेंडिंग ਹੈ ਸਸਕਲਟੀ ਮੈਂ ਤੁਹਾਡਾ ਆਪਣਾ ਸੁਖਸ਼ੈਨ ਰਾਹੀ ਆਰਐਸ ਗਲੋਬਲ ਇਮੀਗ੍ਰੇਸ਼ਨ ਦੇ ਇਸ YouTube ਚੈਨਲ ਦੇ ਮਾਧਮ ਰਹੀ ਹਰ ਵਾਰ ਤੁਹਾਡੇ ਨਾਲ ਕੈਨੇਡਾ ਦੇ ਨਵੇਂ-ਨਵੇਂ ਅਪਡੇਟਸ ਸਾਂਝੇ ਕਰਦਾ ਵੀਜ਼ਾ ਟ੍ਰੈਂਡਿੰਗ ਸਾਂਝੀ ਕਰਦਾ ਜਿੱਥੇ ਹਰ ਹਫਤੇ ਵੀਜ਼ਾ ਦਾ ਪ੍ਰੋਸੈਸਿੰਗ ਟਾਈਮ ਦੱਸਿਆ ਜਾਂਦਾ 11 ਹਫਤੇ ਦਾ ਟਾਈਮ ਲਿਖਿਆ ਹੁਣ ਅੰਬੈਸੀ ਨੇ ਆਪਦੀ ਵੈਬਸਾਈਟ ਤੇ ਜਾਨਕਿ ਤਕਰੀਬਨ 3 ਮਹੀਨੇ ਪਰ ਸੱਚ ਜਾਣਿਓ ਵੀਜ਼ੇ 7 ਤੋਂ 18-20 ਦਿਨ ਦੇ ਵਿੱਚ ਵਿੱਚ ਆ ਲੱਗ ਕੇ ਆ ਰਹੇ ਸੋ ਜੇ ਮੈਂ ਆਪਦੀ ਐਵਰੇਜ ਕੱਢਾਂ ਆਰਐਸ ਕੋਲ ਤਾਂ ਜੇ ਮੈਂ ਐਵਰੇਜ ਟ੍ਰੈਂਡਿੰਗ ਕੱਢਾਂ ਕਿ ਵੀਜ਼ਾ ਕਿੰਨੇ ਦਿਨ ਚ ਲੱਗ ਕੇ ਆ ਰਿਹਾ ਹੈ ਕੈਨੇਡਾ ਦਾ ਸਟੂਡੈਂਟ ਵੀਜ਼ਾ ਤਾਂ ਤਕਰੀਬਨ 15 ਤੋਂ 20 ਦਿਨ ਦੇ ਵਿੱਚ ਵਿੱਚ ਪਾਸਪੋਰਟ ਰਿਕੁਐਸਟ ਆ ਰਹੀ ਹੈ ਅੱਜ ਤੁਹਾਡੇ ਕੋਲ ਪਿਛਲੇ 3 ਦਿਨਾਂ ਵਿੱਚ ਟੋਟਲ 10 ਪਾਸਪੋਰਟ ਰਿਕੁਐਸਟ ਆਈਆਂ ਸਾਡੇ ਕੋਲ ਇਹ ਉਹ 10 ਪਾਸਪੋਰਟ ਰਿਕੁਐਸਟ ਨੇ ਜਿਹੜੀਆਂ ਪਿਛਲੇ 3 ਦਿਨਾਂ ਚ ਸਾਡੇ ਕੋਲ ਆਈਆਂ ਦੀਵਾਲੀ ਤੋਂ ਬਾਅਦ ਸੋ ਇਤੋਂ ਜਿਹੜੀ ਸਭ ਤੋਂ ਵੱਡੀ ਇੱਕ ਖਾਸ ਜਿਹੜਾ ਮੈਂ ਕੇਸ ਤੁਹਾਣਾ ਸਾਂਝਾ ਕਰਨਾ ਉਹ ਪ੍ਰੋਫਾਈਲ ਸੁਣ ਕੇ ਹਰ ਇੱਕ ਸਟੂਡੈਂਟ ਲੱਗਦਾ ਕਿ ਯਾਰ ਮੈਂ ਤਾਂ ਕੈਨੇਡਾ ਜਾ ਹੀ ਸਕਦਾ ਸੋ ਬਹੁਤ ਵੀਕ ਪ੍ਰੋਫਾਈਲ ਅੱਜ ਜੇ ਇਹ ਵਾਲਾ ਸਟੂਡੈਂਟ ਵੀਜ਼ਾ ਲੈ ਸਕਦਾ ਨਾ ਤਾਂ ਕੈਨੇਡਾ ਵਿੱਚ ਹਰ ਉਹ ਸਟੂਡੈਂਟ ਵੀਜ਼ਾ ਲੈ ਸਕਦਾ ਜਿਹੜਾ ਐਸ ਡੀ ਐਸ ਕੈਟਾਗਰੀ ਚ ਆਉਂਦਾ ਸੋ ਧਿਆਨ ਨਾਲ ਸੁਣਨਾ ਕਿ ਮੈਂ ਤੁਹਾਨੂੰ 10 ਪ੍ਰੋਫਾਈਲਾਂ ਸਾਂਝੀਆਂ ਕਰਨੀਆਂ 10 ਪ੍ਰੋਫਾਈਲਾਂ ਸਾਂਝੀਆਂ ਕਰਨ ਤੋਂ ਪਹਿਲਾਂ ਦੱਸ ਦਾਂ ਜੀ ਕੁਲਵਿੰਦਰ ਸਿੰਘ ਹਰਿਆਣੇ ਦੇ ਕਰਨਾਲ ਦੇ ਰਹਿਣ ਵਾਲੇ ਪਹਿਲਾਂ 10 ਰਿਫਿਊਜ਼ਲ ਵਾ ਚੁੱਕੇ ਨੇ ਕਿੰਨੀਆਂ 10 ਰਿਫਿਊਜ਼ਲਸ 10 ਰਿਫਿਊਜ਼ਲਸ ਆਰਐਸ ਕੋਲ ਦਾ ਵੀ ਹੁਣ ਤੱਕ ਦਾ ਇਹ ਪਹਿਲਾ ਰਿਕਾਰਡ ਤੋੜ ਵੀਜ਼ਾ ਹੈ ਜਿਹੜੀਆਂ 10 ਰਿਫਿਊਜ਼ਲ ਤੋਂ ਬਾਅਦ ਵੀਜ਼ਾ ਲਿਆ ਕਿਉਂਕਿ ਹੁਣ ਤੱਕ ਮੈਨੂੰ ਯਾਦ ਹੈ ਅਕਸ਼ੇ ਪ੍ਰਾਸ਼ਰ ਦਾ 7 ਰਿਫਿਊਜ਼ਲ ਤੋਂ ਬਾਅਦ ਵੀਜ਼ਾ ਲਿਆ ਸੀ ਆਪਾਂ ਬਟ ਇਸ ਬੱਚੇ ਦਾ 10 ਰਿਫਿਊਜ਼ਲ ਤੋਂ ਬਾਅਦ ਵੀਜ਼ਾ ਕਨਾਲ ਦਾ ਕੁਲਵਿੰਦਰ ਸਿੰਘ ਰਹਿਣ ਵਾਲਾ ਹਰਿਆਣੇ ਦਾ 6 ਰਿਫਿਊਜ਼ਲ ਕੈਨੇਡਾ ਦੀਆਂ ਜਿੰਨਾਂ ਚ 2 ਰਿਫਿਊਜ਼ਲ ਟੂਰਿਸਟ ਵੀਜ਼ੇ ਦੀਆਂ ਔਰ 4 ਰਿਫਿਊਜ਼ਲ ਸਟੂਡੈਂਟ ਵੀਜ਼ੇ ਦੀਆਂ ਉਹ ਜਿਹੜੀਆਂ ਦੋ ਰਿਫਿਊਜ਼ਲ ਟੂਰਿਸਟ ਵੀਜ਼ੇ ਦੀਆਂ ਲਈਆਂ ਉਹਦੇ 'ਚ ਤਕਰੀਬਨ ਬੱਚੇ ਨੇ 18-19 ਲੱਖ ਰੁਪਏ ਖਰਾਦ ਵੀ ਕੀਤਾ ਕਿਸੇ ਏਜੰਟ ਨਾਲ 25 ਲੱਖ ਰੁਪਏ 'ਚ ਟੂਰਿਸਟ ਵੀਜ਼ੇ ਜਾਣ ਦੀ ਗੱਲਬਾ ਕੀਤੀ ਪਰ ਉਸ ਪਤੰਦਰ ਨੇ ਫਾਈਲ ਅਪਲਾਈ ਨਹੀਂ ਕੀਤੀ ਜਦੋਂ ਸ਼ੁਕਰ ਹੋ ਗਿਆ ਫਾਈਲ ਅਪਲਾਈ ਨਹੀਂ ਕੀਤੀ ਜੇ ਫਾਈਲ ਅਪਲਾਈ ਕੀਤੀ ਹੁੰਦੀ ਫੇਕ ਡਾਕੂਮੈਂਟ ਲਗਾਏ ਹੁੰਦੇ ਸ਼ਾਇਦ ਜੋਦਾ ਕੈਨੇਡਾ ਦਾ ਸਟੱਡੀ ਵੀਜ਼ਾ ਨਾਲ ਆ ਕਿਉਂਦਾ ਸੋ ਟੋਟਲ 6 ਰਿਫਿਊਜ਼ਲ ਕੈਨੇਡਾ ਦੀਆਂ ਜਿੱਚ 4 ਰਿਫਿਊਜ਼ਲ ਸਟੂਡੈਂਟ ਦੀਆਂ ਸੀ ਦੋ ਰਿਫਿਊਜ਼ਲ ਟੂਰਿਸਟ ਵੀਜ਼ਾ ਦੀਆਂ ਦੋ ਰਿਫਿਊਜ਼ਲ ਯੂਐਸਏ ਦੀਆਂ 6 ਤੋਂ 2 8 ਹੋ ਗਈਆਂ 9ਵੀਂ ਰਿਫਿਊਜ਼ਲ ਆਸਟ੍ਰੇਲੀਆ ਟੂਰਿਸਟ ਵੀਜ਼ਾ ਤੇ 10ਵੀਂ ਰਿਫਿਊਜ਼ਲ ਯੂਕੇ ਟੂਰਿਸਟ ਵੀਜ਼ਾ ਮਤਲਬ ਕੋਈ ਮੁਲਕ ਛੱਡੇ ਨਹੀਂ ਨੇ ਯੂਕੇ ਵੀ ਟੂਰਿਸਟ ਰਿਫਿਊਜ਼ ਆਸਟ੍ਰੇਲੀਆ ਟੂਰਿਸਟ ਰਿਫਿਊਜ਼ ਕੈਨੇਡਾ ਟੂਰਿਸਟ ਰਿਫਿਊਜ਼ ਯੂਐਸਏ ਸਟੱਡੀ ਵੀਜ਼ਾ ਰਿਫਿਊਜ਼ ਕੈਨੇਡਾ ਸਟੱਡੀ ਵੀਜ਼ਾ ਚਾਰ ਵਾਰ ਰਿਫਿਊਜ਼ ਸੋ ਟੋਟਲ 10 ਰਿਫਿਊਜ਼ਲ ਬੱਚੇ ਦੀਆਂ ਲੱਗੀਆਂ ਬੱਚੇ ਨਾਲ ਇੱਕ ਤਰ੍ਹਾਂ ਦੀ ਸ਼ਰਤ ਲਾਉਣ ਵਾਲਾ ਕੰਮ ਸੀਗਾ ਜਦੋਂ ਦਫ਼ਤਰ ਆਇਆ ਮੁਹਾਲੀ ਦੇ ਵਿੱਚ ਤਾਂ ਕਹਿੰਦਾ ਭਾਜੀ ਮੇਰਾ ਵੀਜ਼ਾ ਲੱਗ ਸਕਦਾ ਮੈਨੂੰ ਮਿਲਿਆ ਸ਼ੁਕਰ ਵਾਲੇ ਸੋ ਮੈਨੂੰ ਮਿਲਿਆ ਉੱਥੇ ਕਹਿੰਦਾ ਭਾਜੀ ਮੇਰਾ ਵੀਜ਼ਾ ਨਹੀਂ ਆ ਸਕਦਾ ਮੈਂ ਕਿਹਾ ਚਲਿਆ ਕਰਫੇ ਸ਼ਰਤ ਲਾਉਣੀ ਆ ਪੱਧਰਾ ਵੀਜ਼ਾ ਆਏਗਾ ਮੈਨੂੰ ਯਾਦ ਆ ਕਿ ਵੀਡੀਓ ਕਾਲਿੰਗ ਦੇ ਰਹੇ ਮੇਰੀ ਇਹਨਾਂ ਗਲਬਤ ਹੋਈ ਕਿਉਂਕਿ ਉਸ ਟਾਈਮ ਮੈਂ ਕੈਨੇਡਾ ਬੈਠਾ ਸੀ ਬੱਚੇ ਦਾ ਕੇਸ ਐਜ਼ ਆ ਆਪਾਂ ਇਹ ਸੋਚ ਕੇ ਲਿਆ ਕਿ ਯਾਰ ਸਾਨੂੰ ਚੈਲੰਜ ਹੈ ਬੱਚੇ ਦਾ ਵੀਜ਼ਾ ਅਪਲਾਈ ਕਰਨਾ ਅੱਛਾ ਪ੍ਰੋਫਾਈਲ ਸੋਨੂੰ ਬੱਚੇ ਦੀ ਬੱਚੇ ਨੇ 12ਵੀਂ 2009 ਚ ਕੀਤੀ ਫਿਰ ਪੜ੍ਹਾਈ ਤੇ 2 ਸਾਲ ਦਾ ਗੈਪ ਫਰ ਗ੍ਰੈਜੂਏਸ਼ਨ 14 ਚ ਪਾਸ ਕੀਤੀ ਜਿਹੜੀ ਗ੍ਰੈਜੂਏਸ਼ਨ 2012 ਚ ਪਾਸ ਹੋਣੀ ਸੀ 2014 ਚ ਗ੍ਰੈਜੂਏਸ਼ਨ ਪਾਸ ਕੀਤੀ ਜਨ ਕੇ ਹੁਣ ਜਨਵਰੀ 2024 ਦੇ ਬੈਚ ਪੜਨ ਚੱਲਿਆ 10 ਸਾਲ ਦਾ ਗੈਪ ਸੋ 10 ਦੀ ਫਿਕਰ ਬੱਚੇ ਲਈ ਪੜੀ ਇੰਪੋਰਟੈਂਟ ਲੱਗਣ ਈ 10 ਸਾਲ ਦਾ ਗੈਪ ਆ 10 ਰਫੀਜ਼ਾਂ ਲੱਗੀਆਂ ਬੱਚੇ ਦੀਆਂ ਉਹ ਬੱਚੇ ਦਾ ਕੈਨੇਡਾ ਦਾ ਵੀਜ਼ਾ ਲਾ ਕੇ ਗਿਆ ਪ੍ਰਾਈਵੇਟ ਕੈਰੀਅਰ ਕਾਲਜ ਦਾ ਵੈਨਕੂਵਰ ਦੇ ਵਿੱਚ ਉਹ ਡਿਪਲੋਮਾ ਲਿਆ ਬੱਚੇ ਨੇ ਪ੍ਰੋਜੈਕਟ ਮੈਨੇਜਮੈਂਟ 1 ਸਾਲ ਦਾ ਡਿਪਲੋਮਾ ਬੱਚੇ ਦਾ ਵੀਜ਼ਾ ਤਕਰੀਬਨ 18 19 ਦਿਨ ਚ ਲਾ ਕੇ ਆ ਗਿਆ ਬਹੁਤ ਜਲਦੀ ਬੱਚੇ ਦੀ ਪਾਸਪੋਰਟ ਸਟੈਂਪਿੰਗ ਹੋ ਜੇਗੀ ਉਹ ਵੀ ਅਸੀਂ ਵੀਡੀਓ ਜਾਂ ਫੋਟੋ YouTube ਤੇ Instagram ਤੇ Facebook ਤੇ ਅਪਲੋਡ ਕਰਾਂਗੇ ਸੋ ਕੁਲਵਿੰਦਰ ਸਿੰਘ ਨੂੰ ਵਧਾਈਆਂ ਸੋ ਅਗਰ ਕੁਲਵਿੰਦਰ ਸਿੰਘ 10 ਸਾਲ ਦੇ ਗੈਪ ਨਾਲ 10 ਵਾਰ ਰਿਫਿਊਜ਼ ਹੋਣ ਤੋਂ ਬਾਅਦ ਅਗਰ ਅੱਜ ਵੀਜ਼ਾ ਲੈ ਸਕਦਾ ਕੈਨੇਡਾ ਦਾ ਤਾਂ ਤੁਸੀਂ ਵੀ ਲੈ ਸਕਦੇ ਹੋ ਹਾਂ ਬੱਚੇ ਦੇ ਬੈਂਡ ਸਕੋਰ ਜਿਹੜੇ ਸੀਗੇ ਓਵਰঅল 6.5 ਪਰ ਦੋ ਮੋਡਿਊਲ 6.5 ਬੈਂਡ ਸੀ ਸੋ ਓਵਰঅল ਛੇ ਬੈਂਡ ਹੈ ਇੱਕ ਚ ਦੋ ਚ ਤਿੰਨ ਮੋਡਿਊਲ ਸਾਡੇ ਪੇ ਬੈਂਡ ਉਹ ਵੀ ਤੁਹਾਨੂੰ ਦਿਖਾ ਦੇਣਾ ਜਿਹੜੇ ਅੱਜ ਵੀਜ਼ੇ ਮੈਂ ਦਿਖਾ ਰਿਹਾ ਪੀਪੀਆਰ ਦਿਖਾ ਰਿਹਾ ਇਹ ਸਾਰੀਆਂ ਪੀਪੀਆਰਸ ਨੇ ਜਿਹੜੀਆਂ ਦੋ ਦੋ ਤਿੰਨ ਤਿੰਨ ਵਾਰ ਫਿਊਜ਼ਲ ਹੈ ਇੱਕ ਪੀਪੀਆਰ ਦਿਖਾ ਰਿਹਾ ਤੁਹਾਨੂੰ ਜੀ ਹਰਮਨਦੀਪ ਹਰਮਨਪ੍ਰੀਤ ਸਿੰਘ ਹਰਮਨਪ੍ਰੀਤ ਸਿੰਘ ਰਹਿਣ ਵਾਲੇ ਨੇ ਜਲੰਧਰ ਦੇ 12ਵੀਂ 2015 ਚ ਕੀਤੀ ਡਿਗਰੀ 2023 ਚ ਪਾਸ ਹੈ ਬੀਐਸਸੀ ਕੀਤੀ ਬੱਚੇ ਨੇ ਪੜ੍ਹਾਈ ਚ 12ਵੀਂ ਚ ਤੇ ਗ੍ਰੈਜੂਏਸ਼ਨ ਚ ਗੈਪ ਹੈ ਪੀਟੀ ਸਕੋਰ 62 ਚਾਰ ਵਾਰ ਕੈਨੇਡਾ ਰਿਫਿਊਜ਼ ਆ ਪ੍ਰੀਵੀਅਸਲੀ ਹੁਣ ਵੀਜ਼ਾ ਲੱਗਾ ਪ੍ਰੋਜੈਕਟ ਮੈਨੇਜਮੈਂਟ ਦਾ ਇਹ ਵੀ ਪ੍ਰਾਈਵੇਟ ਕਾਲਜ ਵੀਜ਼ਾ ਲੱਗਾ ਜੀ ਹਰਮਨ ਪ੍ਰੀਤ ਸਿੰਘ ਦਾ ਸੋ ਅਗਰ 12ਵੀਂ ਗ੍ਰੈਜੂਏਸ਼ਨ ਚ ਗੈਪ ਹੈ ਕਿਉਂਕਿ ਜਿਹੜੀ 12ਵੀਂ 15 ਚ ਹੋਈ ਗ੍ਰੈਜੂਏਸ਼ਨ 2018 ਚ ਪਾਸ ਹੋਣੀ ਚਾਹੀਦੀ ਹੈ ਜਿਹੜੀ 2023 ਚ ਹੋਈ ਹੈ ਤਾਂ ਕਿ ਘੱਟੋ ਘੱਟ 4-5 ਸਾਲ ਦਾ ਇੱਥੇ ਵੀ ਗੈਪ ਹੈ ਪੜ੍ਹਾਈ ਦਾ ਸੋ ਪਲੱਸ ਚਾਰ ਰਿਫਿਊਜ਼ਲਾਂ ਵੀ ਆ ਸੋ ਅਗਰ ਹਰਮਨ ਪ੍ਰੀਤ ਦਾ ਚਾਰ ਰਿਫਿਊਜ਼ਲ ਬਾਹਰ ਵੀਜ਼ਾ ਆ ਸਕਦਾ ਅਗਲੇ ਤੁਸੀਂ ਹੋ ਸਕਦੇ ਹੋ ਸੋ ਪਹਿਲਾ ਬੱਚਾ ਦਿਖਾਇਆ ਸਾਡੇ 62 ਵਾਲਾ ਆਇਲਸ ਵਾਲਾ ਇਹ ਬੱਚਾ 62 ਪੀਟੀ ਸਕੋਰ ਵਾਲਾ ਪ੍ਰੋਫਾਈਲ ਅਗਲੀ ਗੱਲ ਕਰ ਰਹੇ ਨikhil pallah ਨikhil pallah ਰਹਿਣ ਵਾਲਾ ਜੀ ਅੰਮ੍ਰਿਤਸਰ ਦਾ 12ਵੀਂ 2010 ਉਸ ਤੋਂ ਬਾਅਦ ਪੜ੍ਹਾਈ ਚ ਗੈਪ ਬੀਟੈਕ 2018 ਚ ਹੁਣ ਬੀਟੈਕ 4 ਸਾਲ ਦੀ ਹੈ ਅਗਰ 12ਵੀਂ 10 ਚ ਕੀਤੀ ਤਾਂ ਬੀਟੈਕ 2014 ਚ ਪਾਸ ਹੋਣੀ ਚਾਹੀਦੀ ਸੀ 18 ਚ ਜਨ ਕੇ 4 ਸਾਲ ਦਾ ਗੈਪ ਹੈ ਉਸ ਤੋਂ ਬਾਅਦ ਵਰਕ ਐਕਸਪੀਰੀਅੰਸ ਐਮਬੀਏ ਕੋਰਸ ਲਿਆ ਬੈਂਡ ਬੱਚੇਰੇ 6.5 6 ਇਚ ਬੱਚੇਰੇ ਵੀਜ਼ਾ ਲੱਗਿਆ ਸੋ ਬੱਚੇ ਦੀ ਪੜ੍ਹਾਈ ਚ 4 ਸਾਲ ਦਾ ਗੈਪ ਸੀਗਾ ਹਰ ਨikhil pallah ਅਗਲੀ ਪ੍ਰੋਫਾਈਲ ਰਿਤਿਕ ਕਾਲ ਰਿਤਿਕ ਕਾਲ ਦੀ ਪੀਪੀਆ ਜਿਹੜੀ ਹੈ ਜੀ ਨਕੋਦਰ ਜਲੰਧਰ ਦੇ ਰਹਿਣ ਵਾਲੇ ਨੇ 12ਵੀਂ 2022 ਉਸ ਤੋਂ ਬਾਅਦ ਡਿਗਰੀ ਲਈ ਹੈ ਐਸੋਸੀਏਟ ਆਫ ਸਾਇੰਸ ਆਇਲ ਸੇ 6 ਬੈਂਡ ਓਵਰオール 6 ਈਚ ਅੱਛਾ ਇਹ ਤਿੰਨ ਵਾਰ ਯੂਐਸਏ ਰਿਫਿਊਜ਼ ਸੋ ਹਰ ਪ੍ਰੋਫਾਈਲ ਦੇ ਵਿੱਚ ਕੋਈ ਨਾ ਕੋਈ ਵੀਕ ਪੁਆਇੰਟ ਜ਼ਰਸੀਸ ਬੱਚੇ ਦੇ ਬੈਂਡ ਤਾਂ 6 ਈਚ ਹੈ ਬਟ ਤਿੰਨ ਵਾਰ ਯੂਐਸਏ ਟੂਰਿਸਟ ਵੀਜ਼ਾ ਰਿਫਿਊਜ਼ ਹੋਇਆ ਜਿਹਦੇ ਬੱਚੇ ਨੇ ਵੀਜ਼ਾ ਲੱਗਾਇਆ ਨikhil ritik call ਅਗਲੀ ਪ੍ਰੋਫਾਈਲ ਕਵਲਜੀਤ ਕੌਰ ਕਵਲਜੀਤ ਕੌਰ ਦੀ ਪੀਪੀਆਰ ਆਈ ਸਾਨੂੰ ਇਹ ਹੈ ਜੀ ਚੋਲਾ ਸਾਹਿਬ ਤਰਨਤਾਰਨ ਦੇ ਰਹਿਣ ਵਾਲੇ 12ਵੀਂ 2017 ਉਸ ਤੋਂ ਬਾਅਦ ਡਿਪਲੋਮਾ 1 ਸਾਲ ਦਾ 2018 ਚ ਉਸ ਤੋਂ ਬਾਅਦ ਜੌਬ ਐਕਸਪੀਰੀਅੰਸ ਦੱਸਿਆ ਐਂਡ ਆਲਸ ਓਵਰঅল 6 ਬੈਂਡ ਇੱਕ ਮੋਡਿਊਲ ਸਾਡੇ ਪਨ ਬੈਂਡ ਔਰ ਡਿਪਲੋਮਾ ਲੱਗਾ ਜੀ ਇਹਦਾ ਕੰਪਿਊਟਰ ਟੈਕਨੋਲੋਜੀ ਦੇ ਵਿੱਚ ਵੀਜ਼ਾ ਲੱ ਕੇ ਆਇਆ ਬੱਚੇ ਦਾ ਕਿਉਂਕਿ ਬੱਚਾ ਕੰਪਿਊਟਰ ਬੈਕਗ੍ਰਾਉਂਡ ਸੀ 2018 ਦੇ ਵਿੱਚ ਸੋ ਕਵਲਜੀਤ ਕੌਰ ਤੋਂ ਬਾਅਦ ਹਰਦੀਪ ਸਿੰਘ ਅੱਛਾ ਹਰਦੀਪ ਸਿੰਘ ਦਾ ਵੀਜ਼ਾ ਲੱਗਾ ਮੈਂ ਇੱਥੇ ਸਟਾਰ ਬਣਾਇਆ ਸਟਾਰ ਤਾਂ ਬਣਾਇਆ ਕਿਉਂਕਿ ਇਸ ਬੱਚੇ ਦੇ ਤਿੰਨ ਮੋਡਿਊਲ ਸਾਡੇ ਪਰ ਬੈਂਡ ਸੀ ਔਰ ਦੋ ਵਾਰ ਬੱਚਾ ਪਿੰਦਾ ਰਿਫਿਊਜ਼ ਸੀ ਕੈਨੇਡਾ ਤੋਂ ਖਰੜਦਾ ਰਹਿਣ ਵਾਲਾ ਬੋਹਾਲੀ ਬ੍ਰਾਂਚ ਦਾ ਕੇਸ ਕਵਲ ਹਰਦੀਪ ਸਿੰਘ 12ਵੀਂ 2018 ਇਸ ਤੋਂ ਬਾਅਦ ਬੱਚੇ ਦਾ ਗੈਪ 4 ਸਾਲ ਦਾ ਗੈਪ ਬੱਚੇ ਦਾ ਚਾਰ ਦੇ 6 ਸਾਲ ਦਾ ਗੈਪ ਦੋਂਗੇ 2024 ਦੇ ਵਿੱਚ ਬੱਚੇ ਦਾ ਵੀਜ਼ਾ ਲੱਗਾ 2024 ਦੇ ਬੈਚ ਵਿੱਚ ਬੱਚਾ ਪੜਨ ਜਾ ਰਿਹਾ ਸੋ 18 ਤੋਂ ਲੈ ਕੇ 2024 ਦੇ ਬੈਚ ਵਿੱਚ ਤਕਰੀਬਨ 6 ਸਾਲ ਦਾ ਗੈਪ ਹੈ ਆਲਸੋ ਓਵਰঅল 6 ਉਹ ਤਿੰਨ ਮੋਡਿਊਲ ਸਾਡੇ ਪਰ ਬੈਂਡ 1 2 3 ਮੋਡਿਊਲ ਸਾਡੇ ਪਣ ਬੈਂਡ ਹਰਦੀਪ ਦੇ ਐਂਡ ਮੁਹਾਲੀ ਬ੍ਰਾਂਚ ਦਾ ਬੱਚਾ ਵੀਜ਼ਾ ਲੈ ਆ ਪ੍ਰਾਈਵੇਟ ਕਾਲਜ ਦੇ ਵਿੱਚ ਵੀਜ਼ਾ ਲੱਗਾ ਬੱਚੇ ਦਾ ਸੋ ਜਿਹੜੇ ਬੱਚੇ ਨੂੰ ਲੱਗਦਾ ਕਿ ਗਵਰਨਮੈਂਟ ਕਾਲਜ ਵੀਜ਼ਾ ਲੱਗਦਾ ਪ੍ਰਾਈਵੇਟ ਨਹੀਂ ਲੱਗਦਾ ਉਹਨਾਂ ਲਈ ਲਾਈਵ ਐਗਜ਼ਾਮਪਲ ਹੈ ਹਰਦੀਪ ਸਿੰਘ ਅਗਰ ਕਿਸ ਨੂੰ ਉਹਦਾ ਕੰਟੈਕਟ ਨੰਬਰ ਚਾਹੀਦਾ ਹੈ ਘਰ ਦਾ ਪਿੰਡ ਦਾ ਐਡਰੈਸ ਚਾਹੀਦਾ ਸਾਡੇ ਕੋ ਆ ਕੇ ਲੈ ਕੇ ਜਾ ਸਕਦਾ ਹਰਦੀਪ ਸਿੰਘ ਨੇ ਤਿੰਨ ਮੋਡਿਊਲ ਸਾਡੇ ਪੈਂਡ ਵਿੱਚ ਵੀਜ਼ਾ ਲਿਆ ਰਮਨਦੀਪ ਕੌਰ ਅਗਲੀ ਪ੍ਰੋਫਾਈਲ +2 2019 ਰਾਮਪੁਰਾ ਫੂਲ ਬਠਿੰਡੇ ਦਾ ਕੇਸ ਬਠਿੰਡੇ ਦੇ ਬੱਚਾ ਰਹਿਣ ਵਾਲਾ 12ਵੀਂ 19 ਉਤ ਤੋਂ ਬਾਅਦ 3-4 ਸਾਲ ਦਾ ਉਤ ਤੋਂ ਬਾਅਦ 5 ਸਾਲ ਦਾ ਗੈਪ ਕਿਉਂਕਿ 2024 ਜਨਵਰੀ ਬੈਚ ਬੱਚਾ ਪੜ੍ਹਨ ਚੱਲਿਆ ਓਵਰঅল 6 ਬੈਂਡ ਇੱਕ ਮੋਡਿਊਲ ਸਾਡੇ ਪਰ ਬੈਂਡ ਇੱਕ ਵਾਰ ਯੂਐਸਏ ਸਟੱਡੀ ਵੀਜ਼ਾ ਰਿਫਿਊਜ਼ ਇਹਦਾ ਵੀ ਕੰਪਿਊਟਰ ਟੈਕਨੋਲੋਜੀ ਦੇ ਵਿੱਚ ਵੀਜ਼ਾ ਲਾ ਕੇ ਆਨ ਮਾਰਕੀਟਿੰਗ ਕਮਿਊਨੀਕੇਸ਼ਨ ਦੇ ਵਿੱਚ ਸੋ ਪ੍ਰੋਫਾਈਲ ਦੇ ਵਿੱਚ 5 ਸਾਲ ਦਾ ਗੈਪ ਇੱਕ ਮੋਡਿਊਲ ਸਾਡੇ ਪਰ ਬੈਂਡ ਇੱਕ ਵਾਰ ਯੂਐਸਏ ਰਿਫਿਊਜ਼ ਇੰਦਰਜੀਤ ਸਿੰਘ ਇੰਦਰਜੀਤ ਸਿੰਘ ਦਾ ਵੀਜ਼ਾ ਜੀ ਤੁਹਾਨੇ ਦਾ ਫਤਿਹਬਾਦ ਦਾ ਬੱਚਾ ਨਹਿਮਾਲਾ ਮੁਹਾਲੀ ਬ੍ਰਾਂਚ ਦਾ ਕੇਸ ਪਲੱਸ 2 2021 ਦੇ ਵਿੱਚ ਓਵਰঅল 6 ਬੈਂਡ ਇੱਕ ਮੋਡੀਊਲ ਸਾਡੇ ਪਰ ਬੈਂਡ ਔਰ ਇੱਕ ਵਾਰ ਕੈਨੇਡਾ ਰਿਫਿਊਜ਼ ਇਸ ਤੋਂ ਬਾਅਦ ਰੋਬਨਪ੍ਰੀਤ ਕੌਰ ਰੋਬਨਪ੍ਰੀਤ ਕੌਰ ਦੀ ਪੀਪੀਆਰ ਆਈ ਸਾਡੇ ਕੋਲ ਜੀ ਅਜਨਾਲਾ ਅੰਮ੍ਰਿਤਸਰ ਦਾ ਸਟੂਡੈਂਟ ਰਹਿਣ ਵਾਲਾ ਪਲੱਸ 2 2021 ਪੀਟੀ ਚ ਓਵਰঅল 62 ਸਕੋਰ ਅਗੇਨ ਐਸਡੀਐਸ ਕੈਟਾਗਰੀ ਪੱਟੇ ਵੀ ਇੱਕ ਵਾਰ ਕੈਨੇਡਾ ਰਿਫਿਊਜ਼ ਇਸ ਤੋਂ ਬਾਅਦ ਰਚਨਾ ਰਚਨਾ ਦਾ ਵੀਜ਼ਾ ਲਾ ਕੇ ਆਇਆ ਜੀ ਜੰਡੂ ਸਿੰਘਾ ਜਲੰਧਰ ਦੀ ਲੜਕੀ ਰਹਿਣ ਵਾਲੀ 10ਵੀਂ 16 ਚ ਤੇ 12ਵੀਂ 2020 ਵਿੱਚ ਮੈਡੀਕਲ ਇਸ਼ੂ ਸੀ ਬੱਚੇ ਨੂੰ ਰਿਪੋਰਟਸ ਪ੍ਰੋਪਰ ਨਾਲ ਲੱਗੀਆਂ ਸੋ ਪੜ੍ਹਾਈ 'ਚ 2 ਸਾਲ ਦਾ ਗੈਪ ਉਸ ਤੋਂ ਬਾਅਦ 2020 'ਚ 12ਵੀਂ ਕੀਤੀ 3 ਸਾਲ ਦਾ ਫਿਰ ਗੈਪ ਟੋਟਲ 5 ਸਾਲ ਦਾ ਗੈਪ ਆਲਸਓਵਰੋ 6 ਇੱਕ ਮੋਡਿਊਲ ਸਾਢੇ ਪੰਜ ਬੈਂਡ ਇਹਦਾ ਵੀਜ਼ਾ ਵੀ ਲੱਗ ਕੇ ਆ ਗਿਆ ਬੱਚੇ ਦਾ ਸੋ ਇਹ ਜਿਹੜੀਆਂ ਮੈਂ ਤੁਹਾਨੂੰ ਸਾਰੀਆਂ ਪੀਪੀਆਰ ਸਾਂਝੀਆਂ ਕਰ ਰਿਹਾ 10 ਦੀਆਂ 10 ਪੀਪੀਆਰ ਜਿਹੜੇ ਤੁਹਾਨੂੰ ਦਿਖਾਈਆਂ ਨੇ ਇਹਦਾ ਸਾਰਿਆਂ ਵਿੱਚ ਕੋਈ ਬੱਚਾ ਇੱਕ ਵਾਰ ਕੋਈ ਦੋ ਵਾਰ ਕੋਈ ਤਿੰਨ ਵਾਰ ਤੇ ਕੋਈ ਭਾਲਾ ਮਾਨਸ 10 ਵਾਰ ਰਿਫਿਊਜ਼ ਵੀ ਹੈ ਕਿਸੇ ਦੀ ਪੜ੍ਹਾਈ ਚ 2 ਸਾਲ ਦਾ ਕਿਸੇ ਚ 4 ਸਾਲ ਦਾ ਕਿਸੇ ਚ 10 ਸਾਲ ਦਾ ਗੈਪ ਵੀ ਹੈ ਕਿਸੇ ਦੇ ਇੱਕ ਮੋਡਿਊਲ ਕਿਸੇ ਦੇ ਦੋ ਮੋਡਿਊਲ ਕਿਸੇ ਦੇ ਤਿੰਨ ਮੋਡਿਊਲ ਸਾਡੇ ਬਨ ਬੈਂਡ ਵੀ ਹੈ ਸੋ ਚੰਗੀਆਂ ਪ੍ਰੋਫਾਈਲ ਤਾਂ ਹਰ ਕੋਈ ਦਿਖਾ ਦਿੰਦਾ ਆਰਐਸ ਗੋਬਲ ਜਾਣੀ ਜਾਂਦੀ ਹੈ ਵੀਕ ਕੇਸਾਂ ਵਿੱਚ ਵੀਜ਼ੇ ਲੈਣ ਚ ਮਾਹਰ ਵੀਕ ਕੇਸ ਕਿਹੜੇ ਪਾਸਿਓਂ ਨੰਬਰ ਘਟਾ ਪੜ੍ਹਾਈ 'ਚ 5-7 10 ਸਾਲ ਦਾ ਗੈਪ ਆ, ਆਇਲਟਸ ਬੈਂਡਸ ਘਟਾ ਜਾਂ ਫਿਰ ਤੁਹਾਡਾ ਪਹਿਲਾ 10 ਵਾਰ ਵੀਜ਼ਾ ਰਿਫਿਊਜ਼ ਹੋ ਚੁੱਕਿਆ। ਅੱਜ ਅਗਰ ਤੁਹਾਡੇ ਆਇਲਟਸ ਓਵਰঅল 6 ਬੈਂਡ ਆ ਜਾਂ ਪੀਟੀ ਜੋ 60 ਸਕੋਰ ਆ। ਸ਼ਰਤ ਲਾ ਕੇ ਵੀਜ਼ਾ ਦਵਾਂਗੇ, ਸ਼ਰਤ ਲਾ ਕੇ। ਠੋਕ ਵਜਾ ਕੇ ਕਿੰਨਾ ਕੈਮਰੇ ਉੱਤੇ ਸ਼ਰਤ ਲਾ ਕੇ ਵੀਜ਼ਾ ਦਵਾਂਗੇ। ਵੀਜ਼ਾ ਨਾ ਲੱਗਾ ਜੋ ਖਰਚ ਆਇਆ ਰੁਪਈਆ ਰੁਪਈਆ ਵਿਦਨ ਟਰਸਟ ਵਾਪਸ ਕਰਾਂਗੇ। ਇਹ ਅੱਜ ਇਸ ਮੰਚ ਤੇ ਠੋਕ ਵਜਾ ਕੇ ਕਹਿ ਰਹੇ ਆ ਨਵੰਬਰ ਦੇ ਦੂਜੇ ਤੀਜੇ ਹਫ਼ਤੇ 'ਚ। ਖਿਦਸ ਕਰਕੇ ਵੀਡੀਓ ਜਿਆਦਾ ਲੰਬੀ ਨਹੀਂ ਕਰਨੀ ਇਸ਼ਾਰਾ ਮੈਨੂੰ ਹੋ ਗਿਆ ਟੀਮ ਵੱਲੋਂ ਕੈਨੇਡਾ ਪੜਨ ਜਾਣਾ ਦੋਸਤੋ 12ਵੀਂ ਕੀਤੀ ਹੈ ਜਾਂ ਗ੍ਰੈਜੂਏਸ਼ਨ ਕੀਤੀ ਹੈ ਪੜਾਈ ਚ ਸਾਲ ਦਾ ਗੈਪ ਹੈ ਜਾਂ 10 ਸਾਲ ਦਾ ਗੈਪ ਹੈ ਪਹਿਲਾ ਇੱਕ ਰਿਫਿਊਜ਼ਲ ਆ ਜਾਂ 10 ਰਿਫਿਊਜ਼ਲ ਆ ਮੈਨੂੰ ਸਿਰਫ ਇੱਕ ਸ਼ਰਤ ਪੂਰੀ ਕਰ ਦਿਓ ਜਾਂ ਤਾਂ ਆਇਲਸ ਵਿੱਚੋਂ 6 ਬੈਂਡ ਦੇ ਦਿਓ ਜਾਂ ਪੀਟੀ ਜੋ ਸਰਵ ਸਕੋਰ ਦੇ ਦਿਓ ਦੋਮੋਂ ਚ ਕੋਈ ਵੀ ਇੱਕ ਚੀਜ਼ ਪੂਰੀ ਕਰ ਦਿਓ 100% ਵੀਜ਼ਾ ਸ਼ਰਤ ਨਾਲ ਗਰੰਟੀ ਨਾਲ ਲਵਾ ਕੇ ਦਵਾਂਗੇ ਜੋ ਮੋਹਲ ਚੱਲ ਰਿਹਾ ਜਿਹੜੀ ਇਹ ਗੱਲ ਅੱਜ ਮੈਂ ਨਵੰਬਰ ਦੇ ਦੂਜੇ ਹਫ਼ਤੇ ਚ ਬੋਲ ਰਿਹਾ ਦਸੰਬਰ ਦੇ ਐਂਡ ਵਿੱਚ ਨਹੀਂ ਬੋਲ ਸਕਦਾ ਕਿਉਂਕਿ ਉਦੋਂ ਸਕਸੈਸ ਘਟੇਗਾ ਹੀ ਘਟੇਗਾ ਅੱਗੇ ਨਵੀਆਂ ਪਾਲਿਸੀਆਂ ਹੋਣੀਆਂ ਮਾਗੇ ਵੀ ਤੁਸੀਂ ਦੱਸ ਚੁੱਕੇ ਆਂ ਅਗਰ ਅੱਜ ਇਸ ਸਹੀ ਸਮੇਂ ਦਾ ਫਾਇਦਾ ਉਠਾਉਣਾ ਚਾਹੁੰਦੇ ਹੋ ਕੈਨੇਡਾ ਪੜ ਕੇ ਇੱਕ ਚੰਗਾ ਭਵਿੱਖ ਬਣਾਉਣਾ ਚਾਹੁੰਦੇ ਹੋ ਤਾਂ ਆਰਐਸ ਗੋਪੀ ਦੀ ਟੀਮ ਨਾਲ ਬਠਿੰਡਾ ਮੋਹਾਲੀ ਜਲੰਧਰ ਅਮਰਸਾਹ ਸੰਪਰਕ ਕਰੋ ਜਿਸ ਕਿਸੇ ਬੱਚੇ ਨੂੰ ਜਾਂ ਉਹਦੇ ਮਾਪਿਓ ਦੇ ਮਨ ਚ ਵਹਿਮ ਹੈ ਕੈਨੇਡਾ ਕੰਮ ਨਹੀਂ ਇਹ ਤੁਮ PR ਤੱਕ ਦੀ ਕਮਿਟਮੈਂਟ ਐਗਰੀਮੈਂਟ ਗ੍ਰੀਨ ਪੇਪਰ ਤੇ ਸਟੈਂਪ ਪੇਪਰ ਤੇ ਸਾਈਨ ਕਰਾ ਕੇ ਭੇਜਾਂਗੇ। ਤੁਹਕੇ ਆ ਰਸ ਗੋਬਲ ਕਲਾ ਸਟੱਡੀ ਵੀਜ਼ਾ ਲਵੋਂ ਤੱਕ ਮਾਹਰ ਨਹੀਂ ਤੁਹਾਡੇ ਬੱਚੇ ਨੂੰ ਉਥੇ 2.5 ਤੋਂ 3 ਸਾਲ ਚ PR ਕਰਨ ਵਿੱਚ ਤੁਹਾਡੀ ਮਦਦ ਕਰੇਗਾ। ਜੇ ਨਾਲ ਜਾਣਕਾਰੀ ਚਾਹੁੰਦੇ ਹੋ ਮੇਰੇ ਨਾਲ ਮੇਰੀ ਟੀਮ ਨਾਲ ਆ ਕੇ ਪਰਮਨ ਲੈ ਕੇ ਮਿਲਿਆ ਜਾ ਸਕਦਾ ਹੈ ਔਰ ਤੁਹਾਡੇ ਕੈਨੇਡਾ ਪੜਨ ਜਾਂਦੇ ਹੋ ਸੈਟ ਨੂੰ ਸੁਪਰੀਮ ਸਰਕਾਰ ਕੀਤੇ ਜਾ ਸਕਦੇ ਨੇ। ਨਵੇਂ ਵੀਡੀਓ ਨਵੇਂ ਕੰਟੈਂਟ ਨਾਲ ਫਿਰ ਆਜ਼ਰੂੰਗਾ ਤਦ ਤੱਕ ਜੁੰਦੇ ਵਾਸਤੇ ਰੱਬ ਰਾਖਾ ਸ਼ਸ਼ਕਾ।